ਇਹ ਆ ਜੀ ਭੋਡੇ ਪਿੰਡ ਦਾ ਨਰਕ ਭਰੀ ਜ਼ਿੰਦਗੀ ਆਪਾਂ ਕਹਿ ਸਕਦੇ ਹਾਂ ਵੀ ਸਰਪੰਚ ਬਈ ਸਰਪੰਚ ਦੇ ਮਹੱਲੇ 'ਚ ਵੀ ਇਹ ਹਾਲ ਆ ਨਹੀਂ ਜੀ ਉਹਨਾਂ ਤਾਂ ਆਪਣੇ ਸੀਵਰੇਜ ਪਾਇਆ ਜੀ ਡਰਦੇ ਸਰਪੰਚ ਤੋਂ ਕੋਈ ਵੀ ਨਹੀਂ ਬੋਲਦਾ ਕਹਿੰਦੇ ਉਹ ਜੀ ਪਰਚਾ ਪਾ ਦੂਗਾ ਨਾ ਸਾਡੇ ਪਿੰਡ ਕੋਈ ਬਰਾਤ ਆਵੇ ਕੋਈ ਵੀ ਕੁਛ ਹੋਵੇ ਸਾਡਾ ਕੋਈ ਨਹੀਂ ਨਾ ਸਾਨੂੰ ਕੋਈ ਰਿਸ਼ਤਾ ਦੇਵੇ ਨਾ ਸਾਡੇ ਕੋਲ ਲਵੇ ਸਾਡੇ ਪਿੰਡ ਦੀ ਹਾਲਾਤ ਲੈ ਵੇਖ ਕਿੰਨੀ ਕੱਲ੍ਹ ਕਿਸ ਮਹੱਲੇ 'ਚ ਡੈਥ ਹੋਈ ਸੀਗੀ ਅਤੇ ਬੜੀ ਮੁਸ਼ਕਿਲ ਉਹ ਪਾਣੀ 'ਚ ਲੈ ਕੇ ਗਏ ਆ ਜੀ ਚਲੋ ਅਜੇ ਵੀ ਸਰਪੰਚ ਦਾ ਖੌਫ ਦੇਖ ਲਓ ਸਰਪੰਚ ਆਉਂਦਾ ਅਤੇ ਸਰਪੰਚ ਦਾ ਨਾਲ ਹੀ ਰਸਤਾ ਕੱਟ ਦਿੱਤਾ ਕਿਆ ਬਾਤ ਹੈ ਜੀ ਅਤੇ ਇਸ ਬੰਦੇ ਦੀ ਇੰਨੀ ਹਿੰਮਤ ਨਹੀਂ ਰਹੀ ਵੀ ਇਹ ਸਰਪੰਚ ਦੇਖ ਲਵੇ ਹਾਂਜੀ ਮੇਰੇ ਖਿਲਾਫ ਬੋਲਿਆ ਤਾਂ ਤੇ ਪਰਚਾ ਤਾਂ ਕਰਵਾਓ ਬੰਦਾ ਤਿੰਨ ਸਾਲ ਪਹਿਲਾਂ ਸਫਾਈ ਵੀ ਹੋ ਚੁੱਕੀ ਹੈ ਜੀ ਅੱਛਾ ਤਕਰੀਬਨ 4 ਲੱਖ ਰੁਪਇਆ ਲਾ ਕੇ ਜੀ ਅੱਛਾ ਹਾਂਜੀ 70 ਟਰਾਲੀਆਂ ਕੱਢੀਆਂ ਸੀ 4 ਲੱਖ ਰੁਪਏ ਦੇ ਹਿਸਾਬ ਦੇ ਨਾਲ 5 ਦਿਨ ਮਸ਼ੀਨ ਚਲਾਈ ਜੀ ਇੱਥੇ ਫੋਕ ਲੈਣ ਕਿੰਨੇ 5 ਦਿਨ ਮਸ਼ੀਨ ਚੱਲੀ ਜੀ ਇੱਥੇ 5 ਦਿਨ ਮਸ਼ੀਨ ਚੱਲੀ ਇੱਥੇ ਹਾਂਜੀ ਫੋਕ ਲੈਂਦੀ ਹਾਂਜੀ ਫੋਕ ਲੈਂਦੀ 500-600 ਟਰਾਲੀ ਕੱਢੀ ਹੈ ਜੀ ਗਾਰੇ ਦੀ ਮਿੱਟੀ ਦੀ ਅੱਛਾ ਅਤੇ ਦੇਖ ਲਓ 3 ਸਾਲਾਂ 'ਚ ਫੇਰ ਅਸੀਂ ਭਰਤਾ ਜੀ ਨਹੀਂ ਤੁਹਾਡੇ ਪਿੰਡ 'ਚ ਘਰ ਕਿੰਨੇ ਕੁ ਆ ਬਾਈ 100 ਘਰ ਹੋਊਗਾ ਜੀ ਪਲੱਸ ਬਾਕੀ ਡੇਰੇ ਆ ਜੀ 100 ਘਰ ਆ ਜੀ ਘਰਾਂ ਦਾ 100 ਘਰਾਂ ਦੇ ਪਾਣੀ ਪੈਂਦਾ ਇੱਥੇ ਹਾਂਜੀ ਹਾਂਜੀ ਅਤੇ ਕੀ ਇੰਨੀ ਖਪਤ ਪਾਣੀ ਦੀ ਕਿੱਥੋਂ ਆਉਂਦੀ ਜਿਹੜਾ ਤੁਹਾਡਾ 2-3 ਸਾਲਾਂ 'ਚ ਭਰ ਗਿਆ ਇਹ ਨਹੀਂ ਸਫਾਈ ਨਹੀਂ ਹੋਈ ਜੀ ਕਾਗਜ਼ੀ ਸਫਾਈ ਹੋ ਗਈ ਸਫਾਈ ਹੋਈ ਨਹੀਂ ਜੀ ਅੱਛਾ ਮਤਲਬ ਕਾਗਜ਼ੀ ਸਫਾਈ ਕੀਤੀ ਆ ਇਹਦੀ ਤੇ ਦੂਜੀ ਨਹੀਂ ਸਫਾਈ ਹੋਈ ਹੋਈ ਜੀ ਹਾਂਜੀ ਸਾਡੇ ਕੋਲ RTI ਪਾਈ ਹੋਈ ਆ ਉਹਨੂੰ ਖੋਜ ਕਿਹਾ ਸੀ ਇਹ ਸਾਰੀ RTI ਸਾਰਾ ਖਾਤਾ ਇਹਨਾਂ ਦਾ ਇਹਦੇ ਵਿੱਚ ਛੱਪੜ ਦਾ ਵੇਰਵਾ ਹੈਗਾ ਵੀ 4 ਲੱਖ ਰੁਪਇਆ ਲਾ ਕੇ ਇਹਦੀ ਸਫਾਈ ਕਰਾਈ ਗਈ ਆ ਅੱਛਾ ਤੇ ਇਹ ਸਾਡੇ ਪੰਚਾਇਤ ਮੈਂਬਰ ਆ ਇੱਕ ਸਾਡੇ ਹੋਰ ਪੰਚਾਇਤ ਮੈਂਬਰ ਆ ਮੌਜੂਦਾ ਪੰਚਾਇਤ ਮੈਂਬਰ ਆ ਜੀ ਇਹ ਅੱਛਾ ਜੇ ਸਫਾਈ ਹੁੰਦੀ ਤਾਂ ਫਿਰ ਇਹਨਾਂ ਨੂੰ ਵੀ ਪਤਾ ਹੋਣਾ ਸੀ ਵੀ ਅਸੀਂ ਨਾਲ ਹੋਗੇ ਇਹਨਾਂ ਨੂੰ ਪਤਾ ਹੋਣਾ ਸੀਗਾ ਹਾਂਜੀ ਮੈਂ ਇੱਥੇ ਖੋਜ ਬੈਠੇ ਬੱਚੇ ਨੇ ਗਿਆ ਸੀ ਕਿ ਇੱਦਾਂ ਮਹੀਨਾ ਕੀ ਕਰਨ ਲੱਗਾ ਬਾਈ ਕਿਵੇਂ ਸਫਾਈ ਹੋਈ ਸੀਗੀ ਕਿਉਂਕਿ ਤੁਸੀਂ ਤਾਂ ਪੰਚਾਇਤ ਮੈਂਬਰ ਹੋ ਨਹੀਂ ਜੀ ਕੋਈ ਸਫਾਈ ਨਹੀਂ ਹੋਈ ਕੋਈ ਇਹਦਾ ਮਤਾ ਨਹੀਂ ਪਿਆ ਸਿੱਧਾ ਬਿੱਲ ਹੀ ਕੱਢੇ ਗਏ ਆ ਅੱਛਾ ਜਿਹਦੇ ਵਿੱਚ 7 ਦਿਨ ਇਹਦੇ 'ਚ ਪੇਪਰ ਹੈਗੇ 7 ਘੰਟੇ ਮਸ਼ੀਨ ਚੱਲੀ ਇੰਨੀਆਂ ਟਰਾਲੀਆਂ ਕੱਢੀਆਂ ਅੱਛਾ 2021 ਤੀਜਾ ਮਹੀਨਾ ਸੀਗਾ ਤੇ ਕੋਈ ਕਿਸੇ ਤਰ੍ਹਾਂ ਦੀ ਸਫਾਈ ਨਹੀਂ ਆ ਘਰ ਜਿੰਨੇ ਵੀ ਖੜੇ ਆ ਇਹ ਵੀ ਮੌਕੇ ਤੇ ਮੌਜੂਦ ਜੇ ਅਸੀਂ ਨਹੀਂ ਹੈਗੇ ਤਾਂ ਘਰ ਹੈਗੀ ਆ ਇਹ ਤਾਂ ਘਰ ਹੈਗੇ ਆ ਅੱਛਾ ਦੂਜੀ ਗੱਲ ਇਹ ਵੀ ਆ ਵੀ ਜੇ ਇੱਥੋਂ ਮਿੱਟੀ ਕੱਢੀ ਵੀ ਗਈ ਆ ਤਾਂ ਮਿੱਟੀ ਕਿੱਥੇ ਆ ਕਿੱਥੇ ਆ ਜੀ ਹਾਂਜੀ ਕਿੱਥੇ ਹਾਂਜੀ ਕਿਹੜੇ ਖੇਤ ਆ ਕਿਹੜਾ ਥਾਂ ਆ ਜਿੱਥੇ ਮਿੱਟੀ ਉਹਦਾ ਮਿੱਟੀ ਪੂਰੀ ਵੀ ਹੈ ਨਾ ਘਰ ਦੀ ਦੂਸਰੀ ਗੱਲ ਖੜੀ ਫਸਲ 'ਚ ਕੌਣ ਪਾਣੀ ਪਾਉਣ ਦੇਊਗਾ ਇੱਕ ਇਹਦੇ ਥੱਲੇ ਪਾਣੀ ਹੈਗਾ ਜੀ ਕੁਛ ਨਾ ਕੁਛ ਪਾਣੀ ਹੈਗਾ ਪਰ ਉਹ ਕਿੱਧਰ ਕੱਢਿਆ ਇਹਨਾਂ ਨੇ ਉਹ ਪਾਣੀ ਦਾ 10 ਦਿਨ ਵੀ ਕਿੱਧਰ ਕੱਢਿਆ
ਅੱਛਾ ਮਤਲਬ ਇਹ ਜਿਹੜਾ ਮਾਰਚ ਦੇ ਮਹੀਨੇ ਛੱਪੜ ਸਾਫ ਕੀਤਾ ਗਿਆ ਸੀ ਹਾਂਜੀ ਮਾਰਚ ਦੇ ਮਹੀਨੇ 21 ਤਰੀਕ ਸੀ 21 ਤਰੀਕ ਸੀ 21 ਮਾਰਚ ਨੂੰ ਜੀ 21 ਮਾਰਚ ਨੂੰ ਮਤਲਬ 4,00,000 ਰੁਪਈਆ ਜਿਹੜਾ ਆ ਇਸ ਛੱਪੜ ਦਾ ਮਤਲਬ ਸਰਪੰਚ ਸਾਹਿਬ ਡਕਾਰ ਗਏ ਹਾਂਜੀ ਹਾਂਜੀ ਹੋ ਗਿਆ ਮੈਂ ਤਾਂ ਡਕਾਰ ਨਾਲ ਹੀ ਗੱਲ ਹੀ ਕਰੂੰਗਾ ਬਿਲਕੁਲ ਜੀ ਕਿਉਂਕਿ ਜਦੋਂ ਪਿੰਡ ਦਾ ਕੰਮ ਹੀ ਨਹੀਂ ਹੋਇਆ ਤਾਂ ਫਿਰ ਡਕਾਰ ਨਾਲ ਕੰਮ ਹੀ ਆ ਹਾਂਜੀ ਹਾਂਜੀ ਤੇ ਦੂਜੀ ਗੱਲ ਇਹ ਡਕਾਰ ਦਾ ਕੱਲਿਆ ਨਹੀਂ ਸਕਦਾ ਨਾਲ ਮਿਲੀ ਭੁਗਤ ਵੀ ਹੋਊਗੀ ਅਫਸਰਾਂ ਦੀ ਹਾਂਜੀ ਹਾਂਜੀ ਅਫਸਰਾਂ ਦੀ ਹੈਗੀ ਮਿਲੀ ਭੁਗਤ ਓਕੇ ਆ ਤੁਹਾਨੂੰ ਛੱਪੜ ਦਿਖਾ ਦਿੰਦੇ ਬਾਈ ਵੀ ਇਹ ਛੱਪੜਾ ਜਿਹਦੀ ਲਗਭਗ 2021 ਦੇ ਵਿੱਚ ਸਫਾਈ ਹੋਈ ਸੀਗੀ ਤਾਂ ਘੱਟੋ ਘੱਟ 500 ਤੋਂ ਵੱਧ ਟਰਾਲੀਆਂ ਜਿਹੜੀਆਂ ਇਹਦੇ ਵਿੱਚੋਂ ਮਿੱਟੀ ਦੀਆਂ ਕੱਢੀਆਂ ਗਈਆਂ ਨੇ ਅਤੇ ਇਹ ਛੱਪੜ ਉਵੇਂ ਦਾ ਉਵੇਂ ਪਿਆ ਜਿਵੇਂ ਦਾ ਪਹਿਲਾਂ ਸੀਗਾ ਅਤੇ ਇਸੇ ਮਹੀਨੇ 'ਚ ਆਪਣਾ ਪਿਛਲੇ ਮਹੀਨੇ ਮਾਰਚ ਦੇ ਮਹੀਨੇ ਵਿੱਚ ਇਹਦੀ ਸਫਾਈ ਕੀਤੀ ਗਈ ਸੀਗੀ ਇਹਦੀ ਨਾ ਤਾਂ ਮਿੱਟੀ ਪਤਾ ਕਿੱਥੇ ਆ ਨਾ ਹੀ ਇੱਥੇ ਸਰਪੰਚ ਦੀ ਮੌਜੂਦਗੀ ਦੇ ਵਿੱਚ ਵੀ ਇੱਥੇ ਕਿਹੜੇ ਕਿਹੜੇ ਹੋਰ ਕੰਮ ਹੋਏ ਨੇ ਪਤਾ ਨਹੀਂ ਕਿਉਂਕਿ ਜਿਹੜੇ ਸਾਡੇ ਕੋਲ ਇਹਦੇ ਮਤਲਬ ਸਰਪੰਚ ਦੇ ਚਿੱਠੇ ਕਹਿ ਲਈਏ ਉਹਦੇ ਵਿੱਚ ਲਗਭਗ 10,000 ਇੰਟਰਲੋਕ ਹੋ ਗਈ ਲੇਬਰ ਦੇ ਅੱਛਾ ਇੱਕ ਹੋਰ ਦੱਸੋ ਮੈਨੂੰ ਜਿਹੜੀ ਲੇਬਰ ਆ ਇੰਟਰਲੋਕ ਲੱਗੀ ਜਿਹੜੀ ਤੁਹਾਡੇ ਪਿੰਡ ਦੇ ਵਿੱਚ ਹਾਂਜੀ ਉਹ ਲੇਬਰ ਸਰਪੰਚ ਆਪ ਕਰਦਾ ਉਹ ਹਾਂਜੀ ਕਿਹੜੀ ਭਲਾ ਇੰਟਰਲੋਕ ਵਾਲੀ ਇੰਟਰਲੋਕ ਦੀ ਬਾਜੀ ਲੇਬਰ ਕੌਣ ਕਰ ਰਿਹਾ ਵਿੱਚ ਕਈ ਨਰੇਗੇ ਵਾਲੇ ਵੀ ਲਾਏ ਜਾਂਦੇ ਸੀਗੇ ਅੱਛਾ ਕਈ ਵਾਰ ਲੇਬਰ ਹੁੰਦੀ ਸੀ ਮੇਰੇ ਸਾਹਮਣੇ ਜ਼ਿਆਦਾਤਰ ਨਰੇਗੇ ਵਾਲੇ ਕੋਲ ਕੰਮ ਲਿਆ ਗਿਆ ਅੱਛਾ ਜ਼ਿਆਦਾਤਰ ਕੰਮ ਨਰੇਗਾ ਤੋਂ ਲਿਆ ਗਿਆ ਪਰ ਉਹਦੀ ਪੇਮੈਂਟ ਜਿਹੜੀ ਆ ਉਹ ਸਰਪੰਚ ਆਪਣੇ ਖਾਤੇ 'ਚ ਪਵਾ ਗਿਆ ਉਹ ਮੇਰੇ ਹਿਸਾਬ ਨਾਲ ਜਿਹੜਾ ਠੇਕੇਦਾਰ ਜਿਹਨੇ ਬਣਾਈ ਆ ਪੂਰੇ ਪੈਸੇ ਉੱਧਰ ਵੀ ਲੈ ਲਿਆ ਅਤੇ ਉੱਧਰ ਵੀ ਪਵਾਤੇ ਪੈਸੇ ਦੋ ਬੰਨੇ ਗਏ ਆ ਅੱਛਾ ਮਤਲਬ ਠੇਕੇਦਾਰ ਦੀ ਮਿਲੀ ਭੁੱਖ ਦੇ ਨਾਲ ਇੱਥੇ ਜਿਹੜੀ ਉਹ ਕਾਰਵਾਈ ਜਿਹੜੀ ਹੈਗੀ ਆ ਅੰਜਾਮ ਦਿੱਤਾ ਗਿਆ ਪੈਸੇ ਨੂੰ ਅੰਜਾਮ ਦਿੱਤਾ ਗਿਆ ਕੱਪੜੇ ਬਹੁਤ ਹੈਗੇ ਆ ਸਾਡੇ ਕੋਲ ਹੈਗਾ ਜਿਹੜਾ ਪਿੰਡ ਵਿੱਚ ਰੇਤਾ ਆ ਨਾ ਇੰਟਰਲੋਕ ਨੂੰ ਉਹ ਵੀ ਨਜਾਇਜ਼ ਹੀ ਆ ਜੀ ਉਹਨਾਂ ਨੇ ਕਰਾਇਆ ਹੋਇਆ ਅੱਛਾ ਵੀ 4-5 ਟਰਾਲੀਆਂ ਰੇਤੇ ਦੀਆਂ ਜਿਹਦਾ ਬਿੱਲ ਲਾਇਆ 10-12,000 ਜਿਹਦੇ ਸਾਈਨ ਕਰਵਾਏ ਹੋਏ ਆ ਉਹ ਮੁੰਡੇ ਨੂੰ ਅਸੀਂ ਪੁੱਛਿਆ ਉਹ ਕਹਿੰਦਾ ਨਹੀਂ ਮੈਨੂੰ ਕੋਈ ਪੈਸਾ ਨਹੀਂ ਮਿਲਿਆ ਰੇਤੇ ਦਾ ਹਾਲਾਤ ਨੇ ਇਸ ਗਲੀ ਦੇ ਅਤੇ ਤੁਸੀਂ ਦੇਖ ਸਕਦੇ ਹੋ ਜਿਹੜੇ ਇਸ ਵਾਰ ਪੰਚਾਇਤ ਦੇ ਜਿਹੜੇ ਸੀਗੇ ਨੁਮਾਇੰਦੇ ਜਿਹੜੇ ਮੈਂਬਰ ਸੀਗੇ ਹਾਂਜੀ ਉਹ ਵੀ ਸਰਪੰਚ ਦੇ ਖਿਲਾਫ ਹੋ ਗਿਆ ਕੀ ਚੱਕਰ ਹਾਂਜੀ ਬਸ ਇਹ ਸੀ ਵੀ ਮਤਿਆਂ ਦੇ ਸਾਈਨ ਆਪਣੇ ਆਪ ਕਰੇ ਹੋਏ ਆ ਅੱਛਾ ਹਾਂ ਮਤਿਆਂ ਦੇ ਸਾਈਨ ਵੀ ਖੁਦ ਆਪ ਕਰਦਾ ਆਪ ਹੀ ਕਰਦਾ ਜੀ ਹਾਂਜੀ ਤੇ ਹੁਣ ਇਹਨਾਂ ਨੂੰ ਵੀ ਹੈਗਾ ਵੀ ਜੇ ਕੱਲ ਨੂੰ ਕਿਸੇ ਮਤੇ ਸਾਡੇ ਸਾਈਨ ਹੋਏ ਤਾਂ ਅਸੀਂ ਵੀ ਫਸਦੇ ਆ ਤੇ ਉਸ ਤੋਂ ਪਹਿਲਾਂ ਹੀ ਅਸੀਂ ਆਪਣਾ ਕੋਈ ਪ੍ਰਬੰਧ ਕਰ ਲਈਏ ਕੋਈ ਐਪਲੀਕੇਸ਼ਨ ਲਾ ਲਈਏ ਵੀ ਸਾਡੇ ਸਾਈਨ ਨਹੀਂ ਹੈਗੇ ਜੀ ਆਹ ਦੇਖ ਸਕਦੇ ਹੋ ਨਾਲੀਆਂ ਦਾ ਹਾਲ ਦੇਖੋ ਤੁਸੀਂ ਓਵਰਫਲੋ ਸਾਰੀਆਂ ਨਾਲੀਆਂ ਨੇ ਤੇ ਗਲੀ ਦੇ ਵਿੱਚ ਪਾਣੀ ਸਾਰਾ ਤੇ ਇਹ ਆ ਜੀ ਭੋਡੇ ਪਿੰਡ ਦਾ ਨਰਕ ਭਰੀ ਜ਼ਿੰਦਗੀ ਆਪਾਂ ਕਹਿ ਸਕਦੇ ਹਾਂ ਵੀ ਸਰਪੰਚ ਬਈ ਸਰਪੰਚ ਦੇ ਮਹੱਲੇ 'ਚ ਵੀ ਇਹ ਹਾਲ ਆ ਨਹੀਂ ਜੀ ਉਹਨਾਂ ਤਾਂ ਆਪਣੇ ਸੀਵਰੇਜ ਪਾਇਆ ਜੀ ਅੱਛਾ ਉਹਨੇ ਆਪਣੇ ਲਈ ਸੀਵਰੇਜ ਪਾਇਆ ਜੀ ਸਾਫ਼ ਗਲੀ ਆ ਉੱਚੀ ਥਾਂ ਹੈ ਉਹਨਾਂ ਦੀ ਕੀ ਬਾਤ ਹੈ ਅੱਛਾ ਸਰਪੰਚ ਨੇ ਆਪਣੇ ਲਈ ਸੀਵਰੇਜ ਪਾ ਕੇ ਰੱਖਿਆ ਤੇ ਦੂਜਿਆਂ ਨੂੰ ਆਹ ਨਰਕ ਭਰੀ ਜ਼ਿੰਦਗੀ ਦੇ ਰਿਹਾ ਬੀਬੀ ਆਹ ਹਾਲਾਤ ਸਰਪੰਚ ਦੇ ਘਰ ਦੇ ਮੂਹਰੇ ਵੀ ਹੈਗੇ ਨਹੀਂ ਹਾਂਜੀ ਹਾਂਜੀ ਸਰਪੰਚ ਦੇ ਨਹੀਂ ਮੂਹਰੇ ਸਰਪੰਚ ਦਾ ਡੇਟੀ ਰੋਡ ਬਣਾਇਆ ਹੋਇਆ ਇਹ ਤਾਂ ਸਾਸੀ ਹੈ ਇੱਥੇ ਇਹਨਾਂ ਥਾਂ 'ਤੇ ਜਿੱਥੋਂ ਤੁਸੀਂ ਵੇਖ ਕੇ ਆਏ ਅੱਛਾ ਉਹਦੇ ਘਰ ਕੋਲ ਕੋਈ ਕੰਮ ਨਹੀਂ ਸਾਰੇ ਡਰਦੇ ਸਰਪੰਚ ਤੋਂ ਕੋਈ ਵੀ ਨਹੀਂ ਬੋਲਦਾ ਕਹਿੰਦੇ ਪਰਚਾ ਪਾ ਦੂਗਾ ਅੱਛਾ ਨਾ ਸਾਡੇ ਪਿੰਡ ਕੋਈ ਬਰਾਤ ਆਵੇ ਕੋਈ ਵੀ ਕੁਛ ਹੋਵੇ ਸਾਡਾ ਕੋਈ ਨਹੀਂ ਨਾ ਸਾਨੂੰ ਕੋਈ ਰਿਸ਼ਤਾ ਦੇਵੇ ਨਾ ਸਾਡੇ ਕੋਲ ਲਵੇ ਸਾਡੇ ਪਿੰਡ ਦੀ ਹਾਲਾਤ ਲੈ ਵੇਖ ਕੇ ਨਹੀਂ ਕੱਲ੍ਹ ਇੱਕ ਇਸ ਮਹੱਲੇ 'ਚ ਡੈਥ ਹੋਈ ਸੀਗੀ ਅਤੇ ਬੜੀ ਮੁਸ਼ਕਲ ਉਹ ਪਾਣੀ 'ਚ ਲੈ ਕੇ ਗਏ ਆ ਜੀ ਬਹੁਤ ਮੁਸ਼ਕਲ ਲੋਕ ਸਾਰੇ ਗੰਦ ਵਿੱਚੋਂ ਹੀ ਲੰਘ ਕੇ ਗਏ ਆ ਅੱਜ ਦਾ ਪਾਣੀ ਘੱਟ ਗਿਆ ਜੀ ਜਦੋਂ ਸ਼ਾਮ ਦੇ ਟਾਈਮ ਪਾਣੀ ਬਹੁਤ ਹੋ ਜਾਂਦਾ ਜੀ ਜਿੱਦਾਂ ਸਾਰੇ ਦਿਨ ਚੱਲਦਾ ਰਹਿੰਦਾ ਸ਼ਾਮ ਦੇ ਟਾਈਮ ਪਾਣੀ ਬਹੁਤ ਹੋ ਜਾਂਦਾ ਜੀ ਜਾਂ ਤਾਂ ਬਾਰਿਸ਼ ਤੋਂ ਬਿਨਾਂ ਹੀ ਹਾਲ ਆਇਆ ਤਾਂ ਪਤਾ ਹੀ ਆ ਵੀ ਬਾਰਿਸ਼ ਦੇ ਵਿੱਚ ਕੀ ਹੁੰਦਾ ਹੁਣ ਸਾਡੇ ਪਿੰਡ 'ਚ ਕੋਈ ਵੀ ਸਰਪੰਚ ਬਣਿਆ ਸਾਨੂੰ ਪਿੰਡ ਦੀ ਤਰੱਕੀ ਹੋਣੀ ਚਾਹੀਦੀ ਹੈ ਤੇ ਸਾਰਾ ਸਿਆਲ ਕਿਤੇ ਮਸਾਂ ਹੀ ਉਦਾਂ ਠੰਡ ਕਿੰਨੀ ਮਾਰ ਕਰਦੀ ਆ ਆਹ ਖਲਾ ਐਡੀ ਫਰੀ ਸਿਰ ਤੇ ਪੱਠਿਆਂ ਦੀ ਹੁੰਦੀ ਆ ਤੇ ਹੁੰਦੇ ਸਰਪੰਚ ਸਾਡੇ ਆ ਹਾਲ ਨੇ ਤੇ ਫਿਰ ਲੱਖ ਲਾਣ ਵੋਟਾਂ ਲੈਣ ਲੱਗਿਆ ਹੋਰ ਹੋ ਜਾਂਦੇ ਆ ਕੰਮ ਕਰਨ ਲੱਗੇ ਹੋਰ ਹੋ ਜਾਂਦੇ ਆ ਅਸੀਂ ਕੀ ਕਰ ਸਕਦੇ ਆ ਗਰੀਬ ਜਿੰਨੀ ਗ੍ਰਾਂਟ ਆਉਂਦੀ ਆ ਪਤਾ ਨਹੀਂ ਕਿੱਥੇ ਦਬ ਦੁਬ ਜਾਂਦੇ ਆ ਇੰਨੀ ਜਿਹੜੀ ਗ੍ਰਾਂਟ ਆਉਂਦੀ ਆਪ ਖਾਈ ਆਪ ਕੱਟੀਆਂ ਦੁਬਾਰੀ ਬਾਰੇ ਆ ਅੰਦਰ ਗਰਾਊਂਡ ਉਹਨੇ ਬਣਾਇਆ ਪਾਣੀ ਲੰਘਣ ਨੂੰ ਮੱਛਰ ਵੀ ਨਾ ਮੇਰੇ
ਅੰਦਰ ਜਾਵੇ ਤੇ ਪਵੇ। ਤੇ ਸਾਡਾ ਕੀ ਹਾਲ ਹੈ ਉੱਥੋਂ ਗੰਦੇ ਪਾਣੀ ਚ? ਸਾਡੇ ਤਾਂ ਕੋਈ ਮੈਂਬਰ ਹੈ, ਕੋਈ ਵੀਰ ਹੈ, ਕੋਈ ਭਰਾ ਹੈ, ਮੋਟਰਸਾਈਕਲ ਤਾਂ ਲੈ ਗਿਆ, ਬਸ ਇੰਨੇ ਚ ਅਸੀਂ ਖੁਸ਼ ਹੋ ਜਾਣਾ। ਸਾਨੂੰ ਸਰਪੰਚ ਨੇ ਗੱਡੀ ਦਾ ਉਟਾ ਦੇ ਤਾ, ਸਾਨੂੰ ਸਰਪੰਚ ਦਾ ਉਟਾ ਦੇ ਤਾ। ਇੱਥੇ ਸਾਡੀਆਂ ਸਲਵਾਰਾਂ, ਅਸੀਂ ਸਰਪੰਚ ਤੋਂ ਕਾਹਤੋਂ ਡਰਨਾ? ਸਾਨੂੰ ਸਰਪੰਚ ਤੋਂ ਕਾਹਦੀ, ਸਾਨੂੰ ਕਹਿਣਾ ਛੱਪੜ ਦੀ ਇੱਕ ਦੀ ਨਹੀਂ ਗੱਲ ਹੈ। ਕੋਈ ਵੀ ਪਿੰਡ ਚ ਸਹੂਲਤ ਆਉਂਦੀ ਹੈ, ਸਾਨੂੰ ਕੁਛ ਵੀ ਨਹੀਂ ਮਿਲਦਾ ਆ। ਹੁਣ ਜਿੱਦਾਂ ਲੋਕਡਾਊਨ ਚ ਰਾਸ਼ਨ ਆਇਆ, ਸਾਡੇ ਸਰਪੰਚ ਨੇ ਪੁੱਠਾ ਮੋੜਤਾ ਵੀ ਸਾਡੇ ਪਿੰਡ ਚ ਕਿਸੇ ਨੂੰ ਨਹੀਂ ਚਾਹੀਦਾ। ਅੱਛਾ, ਨਹੀਂ ਪੱਕੀ ਗੱਲ ਪੁੱਠਾ ਮੋੜਦਾ ਕਿ ਪੁੱਠਾ ਘਰ ਚ ਰੱਖ ਲਿਆ? ਹਾਂਜੀ, ਨਹੀਂ ਮੋੜਦਾ। ਅੱਛਾ, ਮਿਲ ਗਿਆ ਤਾਂ ਫੋਨ ਆਇਆ ਸੀਗਾ ਵੀ ਤੁਹਾਡੇ ਪਿੰਡ ਰਾਸ਼ਨ ਦੀ ਜ਼ਰੂਰਤ ਹੈ ਤੇ ਕਹਿੰਦੇ ਸਾਡੇ ਪਿੰਡ ਕੋਈ ਗਰੀਬ ਬੰਦਾ ਹੀ ਹੈ ਨਹੀਂ ਜੀ। ਹਾਂਜੀ, ਕਈ ਹੁਣ ਘਰਾਂ ਦੇ ਨਹੀਂ ਰਾਸ਼ਨ ਕਾਰਡ ਬਣੇ ਹੋਏ। ਸਾਨੂੰ ਹੁਣ 15-20 ਸਾਲ ਹੋ ਗਏ ਇੱਥੇ ਪਿੰਡ ਚ ਬੈਠੇ ਨੂੰ ਮੈਨੂੰ। ਅੱਛਾ, ਤੇ ਜਿੱਦਾਂ ਹੁਣ ਮੇਰਾ ਤਲਾਕ ਵੀ ਹੋਇਆ ਆ, ਦੋ ਬੱਚੇ ਆ ਪੜ੍ਹਦੇ ਆ, ਤੇ ਮੇਰਾ ਰਾਸ਼ਨ ਕਾਰਡ ਨਹੀਂ ਬਣਨ ਦਿੱਤਾ। 2-3 ਵਾਰੀ ਫਾਰਮ ਭਰਾਈ ਸੀ ਤੇ ਨਹੀਂ ਬਣਿਆ। ਤੇ ਬਾਕੀ ਤੁਸੀਂ ਸਾਡੇ ਸਕੂਲ ਦਾ ਹਾਲ ਵੇਖ ਲਓ ਵੀ ਕੀ ਆ, ਨਾ ਕੋਈ ਵਾਸ਼ਰੂਮ, ਨਹੀਂ ਬੱਚਿਆਂ ਲਈ ਕੋਈ ਵੀ ਸੁਵਿਧਾ ਹੈਗੀ। ਤੇ ਕੁਛ ਵੀ ਹੁੰਦਾ, ਬੱਚੇ ਘਰੇ ਭੱਜਦੇ ਆ ਸਕੂਲ ਛੱਡ ਕੇ, ਜਿੱਦਾਂ ਹੁਣ ਬਾਥਰੂਮ ਵਗੈਰਾ ਜਾਂ ਕੁਛ ਵੀ, ਨਾ ਪਾਣੀ ਸਫਾਈ ਦਾ ਹੈਗਾ। ਹਾਂਜੀ, ਤੁਹਾਡਾ ਘਰ ਕਿੱਥੇ ਹੈਗਾ? ਪਿੰਚ ਦੇ ਸਿਰ ਤੇ ਹੁੰਦਾ ਆ, ਪਰਲੇ ਪਾਸੇ। ਪਰਲੇ ਪਾਸੇ? ਅੱਛਾ, ਅੱਛਾ। ਸਰਪੰਚ ਆਉਂਦਾ ਤੇ ਸਰਪੰਚ ਦਾ ਨਾਲ ਹੀ ਰਸਤਾ ਛੱਡ ਦਿੱਤਾ ਆ। ਕਿਆ ਬਾਤ ਹੈ ਜੀ, ਤੇ ਇਸ ਬੰਦੇ ਦੀ ਇੰਨੀ ਹਿੰਮਤ ਨਹੀਂ ਰਹੀ ਵੀ ਇਹ ਸਰਪੰਚ ਦੇਖ ਲਵੇ। ਹਾਂਜੀ, ਹਾਂਜੀ, ਆ ਜਾਓ, ਆ ਜਾਓ, ਆ ਜਾਓ, ਆ ਜਾਓ। ਹਾਂਜੀ, ਅੱਛਾ, ਤੁਸੀਂ ਛੱਪੜ 2021 ਦੇ ਵਿੱਚ ਸਾਫ਼ ਕਰਾਇਆ ਸੀ? ਹਾਂਜੀ, ਛੱਪੜ ਕਰਾਇਆ ਸੀ 2021 ਦੇ ਵਿੱਚ ਸਾਫ਼ ਤੁਸੀਂ? 3 ਮਾਰਚ ਨੂੰ। ਹਾਂਜੀ, ਉਹਦੀ ਮਿੱਟੀ ਕਿੱਥੇ ਸੁੱਟੀ ਸੀ ਤੁਸੀਂ? ਦਰਿਆ 'ਚ, ਆਪਣੇ ਖੇਤਾਂ ਵਿੱਚ ਲੰਗਾ ਕੇ। ਦਰਿਆ ਦੇ ਵਿੱਚ? ਹਾਂਜੀ। ਉਦੋਂ ਤੁਹਾਡੇ ਖੇਤ 'ਚ ਕਣਕ ਸੀਗੀ ਕਿ ਨਹੀਂ ਸੀਗੀ? ਨਹੀਂ, ਸਭ ਦਰਿਆ 'ਚ ਮਿੱਟੀ ਖਾਲੀ ਪਈ। ਮਿੱਟੀ ਦਰਿਆ ਦੇ, ਦਰਿਆ 'ਚ ਤਾਂ ਆਪਾਂ ਮਿੱਟੀ ਸਾਫ਼ ਕਰਦੇ ਹਾਂ। ਆਹ ਮਾਈਕ ਦਿਓ ਜੀ, ਮਾਈਕ ਦਿਓ। ਸੁਣ ਤਾਂ ਲਓ ਪਹਿਲਾਂ। ਹਾਂਜੀ, ਆਹ ਮਾਈਕ ਲੈ ਲਓ ਜੀ ਮਾੜਾ ਜਿਹਾ, ਆਵਾਜ਼ ਵਧੀਆ ਆ ਜੂਗੀ ਨਾ ਤੁਹਾਡੀ ਕੱਲੂ, ਆਪਾਂ ਪ੍ਰੋਪਰ ਤਰੀਕੇ ਨਾਲ ਇਹ ਖਰਾ ਲਓ ਜੀ। ਨਹੀਂ 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 ਨਹੀਂ, ਆਪਾਂ ਕੋਈ ਸਮੱਸਿਆ ਨਹੀਂ, ਨਹੀਂ ਇਦਾਂ ਨਹੀਂ, ਕੋਈ ਸਮੱਸਿਆ ਨਹੀਂ ਆਪਾਂ। ਚੰਗਾ ਹੋ ਗਿਆ, ਤੁਸੀਂ ਮੌਕੇ ਤੇ ਆ ਗਏ ਆ, ਆਪਾਂ ਨਾਲ ਤੁਹਾਡਾ ਪੱਖ ਵੀ ਨਾਲ ਲੈ ਲਈਏ ਨਾ। ਹਾਂਜੀ, ਅੱਛਾ ਜੀ, ਅਸੀਂ 3 ਮਾਰਚ ਜੀ 21 ਚ ਸਫਾਈ ਕਰਾਈ ਆ। ਅੱਛਾ, ਪਾਣੀ ਕੱਢ ਕੇ ਪਟਵਾਰੀ ਦੇ ਖੇਤ 'ਚ ਕਣਕ 'ਚ ਪਾਇਆ। ਅੱਛਾ, ਜਿਹੜੀ ਦੂਜੀ ਮਸ਼ੀਨ ਲਿਆ ਕੇ ਨਾ, ਇੱਕ JCB ਮਸ਼ੀਨ ਲਿਆਂਦੀ, ਇੱਕ ਕੀ ਹੁਣ ਵੱਡੀ ਕੀ ਮਸ਼ੀਨ ਦਾ ਨਾਂ ਕੀ ਆ, ਟੋਪਲੇਨ ਲਿਆ ਖੜ ਗਿਆ। 8 ਦਿਨ ਇੱਥੇ ਰਹੀ, ਪਾਣੀ ਕੱਢਿਆ, ਉਸ ਨੂੰ ਪੈਸੇ ਦਿੱਤੇ ਪਟਵਾਰੀ ਨੂੰ ਵੀ ਤੁਹਾਡੀ ਕਣਕ ਦੇ ਵਿੱਚ ਹਾਲ ਸਹਿਮ ਸਾਡੇ ਪਟਵਾਰੀ ਦੇ, ਜਿਹੜਾ ਕਣਕ, ਕਿੰਨੀ ਕਣਕ ਦੇ ਵਿੱਚ ਉਦੋਂ ਤੁਸੀਂ ਪਾਣੀ ਪਾਇਆ ਸੀ? 2-3 ਖੇਤ ਇੱਥੇ ਡੋਬਤੇ ਡੋਬਤੇ। ਅੱਛਾ, ਹਾਂ, ਬਿੰਦਾ ਇੱਥੇ ਮੇਰੇ ਖਿਆਲ ਇੱਥੇ ਹੋਣਾ ਮੇਰਾ। ਕਿੰਨਾ ਠੇਕਾ ਦਿੱਤਾ ਸੀ ਤੁਸੀਂ ਉਹਨਾਂ ਤੋਂ? ਕਣਕ ਠੇਕਾ ਠੁਕਾ ਨਹੀਂ ਸੀ ਦਿੱਤਾ, ਮਤਲਬ ਕਣਕ ਦਾ ਪੈਸਾ ਤਾਂ ਦਿੱਤਾ ਹੋਣਾ? ਦਿੱਤਾ ਹੀ ਹੋਊ, ਦਿੱਤਾ ਜੋ ਸਾਨੂੰ ਮਨਜ਼ੂਰ ਹੋ, ਉਹਨੂੰ ਮਨਜ਼ੂਰ ਸੀ, ਜੋ ਸਾਨੂੰ ਮਨਜ਼ੂਰ ਸੀ ਦਿੱਤਾ। ਨਹੀਂ, ਪੱਕੀ ਕਣਕ ਦੇ ਵਿੱਚ ਵੈਸੇ ਪਾਉਣ ਦਾ ਮੈਨੂੰ ਲੱਗਦਾ ਨਹੀਂ ਰੁੱਖ ਬਣਦਾ। ਇਹੀ ਤਾਂ ਗੱਲ ਹੈ ਨਾ, ਪਾਣੀ ਇੱਦਾਂ ਖੜਾ ਸੀ, ਇੱਦਾਂ ਰੁੱਟ, ਪਹਿਲਾਂ ਵੀ ਰੁੱਟਦਾ ਸੀ ਪਾਣੀ। ਚਲੋ ਆਪਾਂ ਪਟਵਾਰੀ ਸਾਹਿਬ ਤੋਂ ਵੀ ਗੱਲ ਕਰ ਲਾਂਗੇ। ਹੁਣ ਤਾਂ ਲੋ ਜੀ 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 ਜੀ, ਜਦੋਂ ਪਾਣੀ ਪਹਿਲਾਂ ਵੀ ਇੱਥੇ ਖੜਦਾ ਸੀ ਉਦੋਂ ਮੈਂ ਸਰਪੰਚ ਵੀ ਨਹੀਂ ਸੀ। ਅੱਛਾ, ਤੇ ਉਦੋਂ ਵੀ ਮੈਂ ਪਹਿਲਾਂ ਸਾਰਾ ਕੁਝ ਸੈੱਟ ਕਰਕੇ ਟੰਪ ਡਾ ਕੇ ਲਾ ਕੇ ਮਿੱਟੀ ਪਾਈ। ਸ਼ਰਾਰਤੀ ਬੰਦਿਆਂ ਨੂੰ ਹੁੰਦਾ ਸ਼ਰਾਰਤ ਕਰਨਾ ਕੰਮ। ਅੱਛਾ, ਹੁਣ ਹੋਰ ਕੁਛ ਨਹੀਂ, ਛੱਪੜ ਹੈਗਾ ਕਨਾਲ 'ਚ ਮੈਂ ਪੁੱਟਿਆ ਆਪ, ਆਪਣੇ ਕੋਲ ਨਿੱਜੀ ਪੈਸੇ ਲਾ ਕੇ, ਜਿੰਨੇ ਪੈਸੇ 1,20,000 ਰੁਪਇਆ, ਤੇ 4 ਅਕਾਲੀ ਸਰਕਾਰ ਸੀ, 4 ਕੇਸ ਪਾਏ ਮੇਰੇ ਤੇ ਸਮੁੱਚੀ ਪੰਚਾਇਤ ਤੇ, ਜਿਹੜੇ ਬੰਦੇ ਸ਼ਰਾਰਤੀ ਉਹਦਾ ਆਰਾਮ ਨਾਲ ਇਕਦਮ ਖੜ ਕੇ ਦੇਖਦੇ ਰਹੇ, ਅਸੀਂ ਪੜਦੇ ਰਹੇ ਮਿੱਟੀ। ਹੁਣ ਛੱਪੜ ਹੈਗਾ ਕਨਾਲ ਦਾ, 4-6 ਵਜੇ ਲੋਕਾਂ ਨੇ ਘਰ ਪਾ ਨਾਲੇ। ਹੁਣ ਜਿਹੜੀ ਉਸ ਤੋਂ ਅਗਲੀ ਗੱਲ ਆ, ਪਾਣੀ ਕੱਢਣ ਨੂੰ ਕੋਈ ਕਣਕ ਕੱਢ ਨਹੀਂ ਦਿੰਦਾ, ਪਾਣੀ ਕਿੱਥੇ ਜਾਣਾ? ਹੁਣ ਤਾਂ ਮੈਂ ਸਰਪੰਚ ਵੀ ਨਹੀਂ,
ਉਸ ਨੂੰ ਸਫਾਈ ਕਰ ਦਿੱਤੀ ਨਹੀਂ ਮੈਂ ਕਰ ਸਕਦਾ ਸੀ ਹੁੰਦੀ ਸੀ ਦੇਤੀ ਆਨਲਾਈਨ ਪੇਮੈਂਟ ਕੀਤੀ ਆ ਮਸ਼ੀਨ ਦੀ ਅੱਛਾ ਹੁਣ ਅੱਗੇ ਦੀ ਗੱਲ ਉਸ ਤੋਂ ਬਾਅਦ ਦੀ ਹੁਣ ਪਾਣੀ ਛੱਪੜ ਜਿੰਨੀ ਦਿਨ ਮੈਂ ਸਰਪੰਚ ਰਿਹਾ ਲੋਕਾਂ ਦੀਆਂ ਕਣਕਾਂ 'ਚ ਪਾਣੀ ਪਾਉਣ ਵਾਲੇ ਫੁੱਟ ਛੱਪੜ ਪੱਟੇ ਸੀ ਉਦੋਂ ਆਪਾਂ ਕਿੰਨਾ ਡੂੰਘਾ ਕੀਤਾ ਸੀ ਉਹ ਤਾਂ ਛੱਪੜ ਅਸੀਂ ਕੀਤਾ ਸੀਗਾ ਫੁੱਟ ਕੋਈ 20 ਫੁੱਟ ਤਾਂ ਅਸੀਂ ਪੱਟ ਕੇ ਵੇਖਿਆ ਸੀ ਵੀ ਰੇਤਾ ਆਉਂਦਾ ਕਿ ਨਹੀਂ ਆਉਂਦਾ ਅੱਛਾ ਕਿਤੇ 2 ਫੁੱਟ ਕਿਤੇ 5 ਫੁੱਟ ਕਿਤੇ 10 ਫੁੱਟ ਇੱਦਾਂ ਕੋਈ ਪੱਟ ਕੇ ਅੱਛਾ ਮਸ਼ੀਨ ਟੋਟਲ ਆਪਾਂ ਕਿੰਨਾ ਛੱਪੜ ਪੱਟਿਆ ਸੀਗਾ ਟੋਟਲ ਡੂੰਘਾਈ ਕਿੰਨੀ ਥਾਂ ਦੇ ਪੱਟਿਆ ਸੀ ਨਹੀਂ ਡੂੰਘਾਈ ਕਿੰਨੀ ਸੀਗੀ ਵੀ 2 ਸਾਲਾਂ 3 ਸਾਲਾਂ 'ਚ ਭਰ ਜੂਗਾ ਸੀ ਸੁਣੋ ਨਾ ਮੈਨੂੰ ਜੀ ਸਵਾਲ ਜ਼ਿਆਦਾ ਨਾ ਕਰੋ ਜਵਾਬ ਲਓ ਪਹਿਲਾਂ ਅਸੀਂ ਇੱਕ ਜਗ੍ਹਾ ਦੇ ਉੱਤੇ ਇੰਨੇ ਮਤਲਬ 10 ਕਨਾਲ 10 ਮਰਲੇ ਤੱਕ ਤਾਂ ਅਸੀਂ 20 ਫੁੱਟ ਪੱਟਿਆ ਜੀ ਬਈ ਉਹ 'ਚ ਦੇਖੀਏ ਵੀ ਕਿੰਨਾ ਕੁ ਰੇਤਾ ਕਿੱਥੇ ਆਉਂਦਾ ਵੀ ਪਾਣੀ ਥੱਲੇ ਚਲੇ ਜਾਵੇ ਪਹਿਲਾਂ ਤਾਂ ਜ਼ਮੀਨ ਨਹੀਂ ਸਾਡੇ ਕੋਲ ਸ਼ਾਮਲਾੜ ਦੀ ਜ਼ਮੀਨ 'ਚ ਪੱਟਿਆ ਅੱਛਾ ਉਹਨਾਂ ਨੂੰ ਪੈਸੇ ਦਿੱਤੇ ਕੇਸ ਬਣਵਾਏ ਆਪਣੇ 'ਤੇ NRI ਕੋਲ ਜ਼ਮੀਨ ਸੀਗੀ ਇਹ ਸਾਰਾ ਸੰਘਰਸ਼ ਕਰਕੇ ਅਤੇ ਅਸੀਂ ਉੱਥੇ ਛੱਪੜ ਬਣਾਇਆ ਅਤੇ ਅੱਜ ਦੀ ਤਰੀਕ ਤੱਕ ਅਸੀਂ ਉਹ ਬਣਾ ਕੇ ਦਿੱਤਾ 3 ਸਾਲ ਹੋ ਗਿਆ ਅਤੇ ਪਾਣੀ ਬਾਹਰ ਨਿਕਲਿਆ ਨਹੀਂ ਜਿਹੜੇ ਪਿੰਡ ਦੇ ਲਾਗੇ ਘਰ ਸੀਗੇ ਉਹ ਕਹਿੰਦੇ ਵੀ ਇੱਥੇ ਮਸ਼ੀਨ ਚੱਲੀ ਹੋਈ ਨਹੀਂ ਆਹ ਮੇਰੇ ਨਾਲ ਆਓ ਨਹੀਂ ਮੈਨੂੰ ਨਹੀਂ ਮੇਰੇ ਨਾਲ ਆਓ ਮਿੰਟ ਭਾਜੀ 2 ਮੈਂਬਰ ਅਸੀਂ ਖੜੇ ਹਾਂ ਇੱਕ ਮੈਂਬਰ ਰਸ਼ਿੰਦਰ ਪਾਉਂਦੇ ਆ ਅੱਛਾ ਅਸੀਂ ਇਹਦੇ ਮੈਂਬਰ ਹੈਗੇ ਆ ਹਾਂਜੀ ਸਾਡੀ ਨਿਕਾਹ 'ਚ ਤਾਂ ਛੱਪੜ ਸਾਫ ਹੋਇਆ ਨਹੀਂ ਜੇ ਸਾਨੂੰ ਇਹਨੇ ਬੁਲਾਇਆ ਤੁਸੀਂ ਮੈਨੂੰ ਇੱਕ ਦੱਸੋ ਸ਼ਿੰਦਰ ਤੇ ਸਹਿਨ ਹੋਏ ਕਿ ਨਹੀਂ ਸਹਿਮ ਤਾਂ ਹੋਏ ਸੁਣੋ ਲਓ ਮਸ਼ੀਨ ਖੜੇ ਕਿ ਨਹੀਂ ਸੁਣੋ ਨਹੀਂ ਜੇ ਤੂੰ ਸਾਫ ਨਹੀਂ ਹੋਇਆ ਸਰਮਾ ਸਾਹਿਬ ਹੌਲੀ ਆਪਾਂ ਗੱਲ ਹੌਲੀ ਕਰੀਏ ਆਪਾਂ ਗੱਲ ਤਰਕਤਾਲ ਕਰੀਏ ਆਪਾਂ ਸਵਾਲਾਂ ਦੀ ਗੱਲ ਕਰੀਏ ਕੰਮ ਕੀਤਾ ਆ ਸੁਣੋ ਸੁਣੋ ਗੱਲ ਮੇਰੀ ਪਤਾ ਸੀ ਮੈਂਬਰ ਆ ਸਾਨੂੰ ਨਹੀਂ ਪਤਾ ਤੁਹਾਨੂੰ ਪਤਾ ਲੱਗਣਾ ਹੀ ਨਹੀਂ ਤੁਹਾਡੇ ਸ਼ਰਾਬ ਦੇ ਕੇਸ ਬਣੇ ਹੋਏ ਆ ਤੁਸੀਂ ਤਾਂ ਦੁੱਖ ਤਕਲੀਫ ਕੱਢਣੀ ਆ ਤੁਹਾਨੂੰ ਸ਼ਰਾਬ ਦੇ ਕੇਸ ਬਣੇ ਹੋਏ ਤਾਂ ਤੁਸੀਂ ਤਕਲੀਫ ਕੱਢਣੀ ਆ ਸਰਮਾ ਸਾਹਿਬ ਇੱਕ ਮਿੰਟ ਸਰਮਾ ਸਾਹਿਬ ਜਦੋਂ ਪਿਛਲੀ ਵਾਰੀ ਯਾਦ ਆ ਇੱਕ ਵਾਰੀ ਮਤਿਆਂ ਦੀ ਗੱਲ ਹੋਈ ਸੀ ਵੀ ਮਤਿਆਂ ਦੇ ਸਾਈਨ ਸਰਪੰਚ ਵੱਲੋਂ ਆਪ ਕੀਤੇ ਜਾਂਦੇ ਆ ਸੈਕਟਰੀ ਵੱਲੋਂ ਉਹ ਸੈਕਟਰੀ ਤੁਹਾਡਾ ਉਦੋਂ ਬੂਟਾ ਸਿੰਘ ਮੰਨਿਆ ਵੀ ਆ ਵੀ ਜਿਹੜੇ ਸਾਈਨ ਸੁਣੋ ਅਸੀਂ ਸੈਨੇ ਕੀਤੇ ਉਹ ਡੇਢ ਸੈਨੇ ਨੇ ਹੋਏ ਆ ਮੈਂ ਆਪਣਾ ਕੰਮ ਕਰਾਇਆ ਉਸ ਪਾਣੀ ਹੁਣ ਵੀ ਜਿਹੜਾ ਮਰਜ਼ੀ ਸਰਪੰਚ ਬਣ ਜਾਵੇ ਪਾਣੀ ਇੱਦਾਂ ਰਹਿਣਾ ਜਿੰਨੀ ਦੇਰ ਛੱਪੜ ਨਵਾਂ ਨਹੀਂ ਹੋਰ ਬਣਦਾ ਖੁੱਲਾ ਇੱਕ ਨਾ ਜ ਪਾਣੀ ਸਾਰੇ ਪਿੰਡ ਦਾ ਨਹੀਂ ਰੁਕਣਾ ਅੱਛਾ ਤੁਸੀਂ ਇੱਕ ਛੱਪੜ ਦੇ ਉੱਤੇ ਉਹ ਇੰਜਣ ਵੀ ਲਾਇਆ ਹੋਇਆ 60-70 ਹਜ਼ਾਰ ਦਾ ਪਿਆ ਇੰਜਣ ਤੇ ਆਹੋ ਇੰਜਣ ਪਿਆ ਆ ਕਿੱਥੇ ਆਹੋ ਇੰਜਣ ਘਰ ਪਿਆ ਉਹ ਲੌਂਡਾ ਕੋਈ ਨਹੀਂ ਪਾਣੀ ਕੋਈ ਕਿੱਡੇ ਕਿਸੇ ਨਹੀਂ ਇੰਜਣ ਆਪਾਂ ਜੇ ਲਿਆ ਕੇ ਆਇਆ ਸੀ ਮੇਰਾ ਸੋਹਰਾ ਸਾਹਿਬ ਲਿਆਏ ਸੀ ਉਹ ਨਹੀਂ ਯਾਰ ਤੁਹਾਨੂੰ ਇਹਨਾਂ ਪਰ ਇੰਜਣ ਅਸੀਂ ਮੁੱਲ ਲਿਆਇਆ ਅੱਛਾ 40,000 ਚ ਕੈਮ ਵਾਲੇ ਚ ਸੋਹਰੇ ਲੋਕ ਕਿੰਨੇ ਚ ਲਿਆ 40,000 ਚ ਹਜੇ ਵੀ ਸੋਚ ਲਓ ਉਹ ਯਾਰ ਕਿ 40,000 ਦਾ ਯਾ ਨਹੀਂ ਨਹੀਂ 60,000 ਰੁਪਇਆ ਆ ਹਾਂ 60,000 ਦਾ ਜਿਹੜਾ ਸਾਰੇ ਮੋਟਰ ਦਾ ਇਕੱਠੇ ਪੈਸੇ ਆ ਮੈਂ ਕਿਹਾ ਉਹੀ ਨਹੀਂ 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 60,000 ਦੇ ਇੰਜਣ ਦੇ ਅਲੱਗ ਤੋਂ ਪੈਸੇ ਆ ਜੀ ਮੇਰੇ ਕੋਲ ਬਿੱਲ ਪਿਆ ਤੁਹਾਡੇ ਹੋਰ ਗਏ ਮੇਰੇ ਕੋਲ ਇੰਜਣ ਪਿਆ ਸਾਰੇ ਪਿੰਡ ਨੂੰ ਦੱਸਿਆ ਵੀ ਜਿਹਨੇ ਲਾਉਣਾ ਲਾ ਲਓ ਕਣਕ 'ਚ ਪਾਣੀ ਮੈਨੂੰ ਕੋਈ ਛੱਡ ਦਿੰਦਾ ਪੱਕੀ ਕਣਕ ਨਹੀਂ ਜਦੋਂ ਪਿਛਲੀ ਵਾਰੀ ਤੁਸੀਂ ਜਦੋਂ ਪਿੰਡ ਛੱਪੜ ਸਾਫ਼ ਕਰਨ ਵਾਸਤੇ ਇੱਕ ਪਟਵਾਰੀ ਦੀ ਮਿਹਨਤ ਕੀਤੀ ਆ ਉਹਨੂੰ ਉਦੋਂ ਪੈਸਾ ਸੁਣੋ ਜੀ ਉਦੋਂ ਪੈਸਾ ਦਿੱਤਾ ਆਪਾਂ ਉਹਨਾਂ ਨੂੰ ਤੇ ਪਿੰਡ ਨੂੰ ਦੁਬਾਰਾ ਸੁਖੀ ਕਰਨ ਵਾਸਤੇ ਆਪਾਂ ਦੁਬਾਰਾ ਪਟਵਾਰੀ ਨੂੰ ਚੋਣ ਕੀਤੀ ਅਸੀਂ ਕੋਲੋਂ ਪੈਸੇ ਰੋਜ਼ ਕਿਉਂ ਖਰਚੀਏ ਪਿੰਡ ਵੱਲ ਖਰਚਣ ਹੁਣ ਵੀ ਓਏ ਹੁਣ ਵੀ ਤੇ ਪਿੰਡ ਵੱਲ ਖਰਚਣ ਬਣੇ ਤਾਂ ਉਹਨਾਂ ਤਾਂ ਕੋਲ ਖਰਚਨੇ ਪਿੰਡ ਕਿਉਂ ਖਰਚੀ ਅਸੀਂ ਸਾਨੂੰ ਕੋਈ ਤਨਖਾਹ ਲੱਗੀ ਆ ਨਹੀਂ ਅੱਛਾ ਬਾਜ ਇੱਦਾਂ ਦੇਣੀ ਆ ਸਰਪੰਚ ਸਾਹਿਬ ਇੱਦਾਂ ਹੀ ਦੇਣੀ ਆ ਇੱਕ ਮਿੰਟ ਸਰਪੰਚ ਸਾਹਿਬ ਇੱਕ ਚੀਜ਼ ਹੋਰ ਦੱਸ ਦਿਓ ਇੰਟਰਲੌਕ ਦੀ ਜਿਹੜੀ ਪੇਮੈਂਟ ਆ ਉਹ ਤੁਹਾਡੇ ਖਾਤੇ 'ਚ ਬੋਲਦੀਆਂ ਨੇ ਉਹ ਇੰਟਰਲੌਕ ਦਾ ਮੈਨੂੰ ਥੋੜ੍ਹਾ ਦੱਸੋ ਵੀ ਉਹ ਇੰਟਰਲੌਕ ਤੁਹਾਡੀ ਲੇਬਰ ਲਾਉਂਦੀ ਜਾਂ ਕੀ ਕਰਦੀ ਸੀ ਨਹੀਂ ਜੀ ਜੇ ਲੇਬਰ ਬਾਹਰ ਲਿਆਉਂਦੇ ਨਾ ਹਾਂਜੀ ਉਹ ਅਸੀਂ ਬਾਹਰੋਂ ਲੇਬਰ ਲਿਆ ਕੇ ਉਹਨਾਂ ਦੇ ਖਾਤੇ ਪੈਸੇ ਨਹੀਂ ਪਾਉਂਦੇ ਸੀ ਆਪਣੇ ਖਾਤੇ ਪੱਗ ਨੂੰ ਭੇਜ ਨਹੀਂ ਆਪਣੇ ਖਾਤੇ ਤੁਸੀਂ ਕਿਉਂ ਕਿਉਂਕਿ ਸਰਪੰਚ ਆਪਣੇ ਖਾਤੇ 'ਚ ਲੀਗਲੀ ਤੌਰ 'ਤੇ ਪੈਸੇ ਨਹੀਂ ਪਾ ਸਕਦਾ ਤੁਸੀਂ ਬੜੇ ਦਾ ਕੇਸ ਕਰਦੇ ਜੋ ਕਰਨ ਮਰਜ਼ੀ ਮੈਂ ਪਾ ਕੇ ਦੇ ਚੁਰਾ ਮੈਂ ਕਿਹਾ ਜੀ ਸਾਨੂੰ ਤਾਂ ਹੀ ਤਾਂ ਤੁਹਾਨੂੰ ਅਸੀਂ ਪੁੱਛ ਰਹੇ ਨਾ ਸਵਾਲ ਤਾਂ ਹੀ ਤੁਹਾਨੂੰ ਹੋ ਰਿਹਾ ਜਦੋਂ ਤੁਹਾਡੇ ਘਰ ਜਦੋਂ ਤੁਸੀਂ ਆਪਣੇ ਖਾਤੇ 'ਚ ਪੈਸੇ ਪਾਏ ਨਹੀਂ ਮੈਂ ਖਾਤੇ 'ਚ ਪਾਉਣਾ ਜਿਹੜੇ ਲੇਬਰ ਲਾਉਣਾ ਮੈਂ ਉਹਨੂੰ ਖਾਤੇ ਪੈਸੇ ਪਾ ਕੇ ਉਹਨੂੰ ਪੈਸੇ ਦਿੰਦਾ ਜੇ ਕੋਈ ਲੇਬਰ ਵਾਲਾ ਮੈਨੂੰ ਕਹਿ ਦੇਵੇ ਜਿੰਨੀ ਇੱਟ ਲੱਗੀ ਆ ਅੱਛਾ ਮੈਂ ਉਹਦੇ ਪੈਸੇ ਦੇਣੇ ਦਾ ਕਿਹੜਾ ਲੇਬਰ ਕਿਹਨੇ ਲਾਈ ਆ ਮੈਨੂੰ ਥੋੜਾ ਦੇ ਦਿਓ ਨੰਬਰ ਮੈਂ ਆਪਾਂ ਗੱਲ ਹੀ ਕਰ ਲੈਂਦੇ ਉਹਨਾਂ ਨਾਲ ਤੁਸੀਂ ਗੱਲ ਆਪੇ ਕਰ ਰਹੇ ਹੋ ਮੈਂ ਹੁਣ ਮੈਨੂੰ ਲੇਬਰ ਤਾਂ ਦੱਸ ਦਿਓ ਕਿਹੜੀ ਆ ਜੀ ਮੈਂ ਕਿਹਾ ਹਰ ਤੋਂ ਮਰੀਜ਼
ਪਾਣੀ ਪਾਣੀ ਪੀਣਾ ਹੈ ਪਹਿਲਾਂ ਜੀ, ਤੇ ਫਿਰ ਮੇਰਾ ਜਿਹੜੀ ਮਰਜ਼ੀ ਗੱਲਾਂ ਕਰੀ ਜੀ। ਲੇਬਰ ਦਾ ਥੋੜਾ ਦੱਸਿਓ ਨਾ, ਲੇਬਰ ਕਿਹਦੇ ਲੇਬਰ ਜੋ ਸਿੱਜਾ ਜਿੱਥੇ ਲਿਖੀ ਹੋ ਵੇਖ ਲਿਓ ਨਾਲ ਲਿਖੇ ਹੋਏ ਆ ਨਾ ਹੈ ਨਹੀਂ ਉੱਚ ਨਾਮ ਉੱਚ ਨਾਮ ਉੱਚ ਨਾਮ ਸਿਰਫ ਤੁਹਾਡਾ ਲਿਖਿਆ ਹੋਇਆ ਆ ਜਿਹੜੇ ਲੇਬਰ ਵਾਲੇ ਨੇ ਜਿਹੜੀ ਇੱਟਾਂ ਲਾਈਆਂ ਮੈਂ ਤਾਂ ਲਾਈਆਂ ਨਹੀਂ। ਨਹੀਂ ਮੈਂ ਤਾਂ ਹੀ ਤਾਂ ਪੁੱਛ ਰਿਹਾ ਨਾ, ਪੈਸਾ ਤੁਹਾਡੇ ਖਾਤੇ 'ਚ ਚਲ ਗਿਆ ਲੇਬਰ ਦਾ, ਠੀਕ ਹੈ ਜੀ। ਇੰਜਣ ਇੰਜਣ ਤੁਸੀਂ ਛੱਪੜ ਵਾਸਤੇ ਸਰ ਸੁਣੋ, ਇੰਜਣ ਛੱਪੜ ਤੇ ਰੱਖਿਆ ਹੋਇਆ ਉਹ ਤੁਸੀਂ ਆਪਣੇ ਘਰ ਰੱਖਿਆ, ਤੁਹਾਡਾ ਪਿੰਡ ਸਾਰਾ ਕਹਿਣ ਡਿਆ ਵੀ ਛੱਪੜ ਸਾਫ਼ ਨਹੀਂ ਹੋਇਆ, ਤੁਸੀਂ ਕਹਿੰਦੇ ਸਾਫ਼ ਕਰਤਾ, ਛੱਪੜ ਸਾਫ਼ ਕੀਤਾ ਆ। ਹਾਂਜੀ ਲੱਗੀ ਆ, ਮੈਨੂੰ ਦੋ ਬੰਦੇ ਦਿਖਾ ਦੋ ਆਪਣੇ ਪਿੰਡ ਦੇ ਜਿਹੜੇ ਕਹਿ ਛੱਪੜ ਸਾਫ਼ ਆ। ਤੁਸੀਂ ਟਰਾਲੀਆਂ ਦੇਖੀਆਂ ਲੰਘੀਆਂ? ਲਓ ਜੀ ਸਰਪੰਚ ਸਾਹਿਬ, ਇਹ ਤਾਂ ਹੁਣ ਤੁਹਾਡਾ ਪਿੰਡ ਹੀ ਮੁੱਕਰ ਗਿਆ। ਬੀਬੀਆਂ ਨੇ ਕਹਿਤਾ ਵੀ ਛੱਪੜ ਦੀ ਕਿੱਥੇ ਰੇਤਾ, ਸੁਣ ਲਓ ਮੇਰੀ ਗੱਲ। ਹਾਂਜੀ ਹਾਂਜੀ, ਇਹਨਾਂ ਦੇ ਸ਼ਰਾਬ ਦਾ ਕੇਸ ਬਣਿਆ, ਇਹਨੇ ਕੇਸ ਸ਼ਰਾਬ ਕਰਦਾ, ਇਹਨੇ ਮੇਰੇ ਤੇ ਪਹਿਲਾਂ ਫਿਰ ਕੇਸ ਕੀਤਾ ਅਦਾਲਤ ਵਿੱਚ ਜੀ, ਤੇ ਤੂੰ ਵੀ ਤੂੰ ਕਰੀ ਤੇ ਵੀ ਕੇਸਰੀ, ਫਿਰ ਮੈਨੂੰ ਇੱਕ ਪੈਸੇ ਦਾ ਖਤਰਾ ਨਹੀਂ, ਇੱਕ ਪੈਸੇ ਦਾ ਖਤਰਾ ਨਹੀਂ ਤੇਰੇ ਤੋਂ ਮੈਨੂੰ ਵੀ ਹੈ ਨਹੀਂ। ਸਰਪੰਚ ਸਾਹਿਬ ਤੁਸੀਂ ਤੁਹਾਡੇ ਇੱਕ ਹੋਰ ਇਲਜ਼ਾਮ ਲੱਗਾ, ਤੁਸੀਂ ਉਹ ਬੰਦੇ ਨੂੰ ਜਰਾਤੀ ਧਮਕੀ ਦਿੱਤੀ ਵੀ ਤੁਸੀਂ ਮੇਰੇ ਖਿਲਾਫ ਬੋਲਿਆ ਤਾਂ ਤੇਰੇ ਤੇ ਪਰਚਾ ਦਰਜ ਕਰਵਾਉਂਗਾ। ਉਹ ਬੰਦਾ ਮੈਂ ਛੱਪੜ ਆਪਣੇ ਪੈਸੇ ਸਾਫ਼ ਕਰਾਇਆ, ਪਹਿਲਾਂ ਖੱਤਾ ਬਣਾਇਆ, ਛੱਪੜ ਬਣਾਇਆ, ਕੇਸ ਲਿਆ, ਪਰੇ ਚਲਿਆ ਭਰਾਵਾ। ਦੱਸਿਓ ਨਾ ਕਿਹੜੇ ਸਾਰਾ ਪਿੰਡ ਤੁਹਾਡੇ ਖਿਲਾਫ਼ ਖੜਾ, ਕਿੱਥੇ ਮਿਲ ਗਈ ਹੈ ਜੀ? ਵੋਟਾਂ ਦਾ ਮਹਿੰਤਾ ਹੈਗਾ, ਨੈਂਚੇ ਕਰਕੇ ਤੁਸੀਂ ਕਰਦੇ ਆ ਤੇ ਮੈਂ ਕਿਸੇ ਕੋਈ ਖਤਰਾ ਨਹੀਂ ਨਾਮ ਕੇ ਬੋਲਦਾ। ਨਹੀਂ ਤੁਹਾਨੂੰ ਖਤਰੇ ਦੀ ਲੋੜ ਨਹੀਂ ਸਰ, ਉਹ ਤੁਹਾਨੂੰ ਤਾਂ ਖਤਰੇ ਬਾਰੇ ਗੱਲ ਹੀ ਨਹੀਂ ਕਰਦੇ, ਤੁਹਾਨੂੰ ਤਾਂ ਪੁੱਛਿਆ ਵੀ ਜਿਹੜਾ ਰੇਤਾ ਸਾਫ਼ ਕੀਤਾ ਸੀਗਾ ਉਹ ਤੁਸੀਂ ਵਿੱਚੋਂ ਕੱਢ ਕੇ ਦਰਿਆ 'ਚ ਕਿਉਂ ਪਾਤਾ? ਬੰਦੇ ਨਾਲ ਸਾਡੀ ਜ਼ਮੀਨ ਆ, ਹਾਂ ਮੇਰੀ ਆਪਣੀ, ਅੱਛਾ ਜਿਹੜੀ ਤੇ ਅਸੀਂ ਕਣਕ ਬੀਜੀ ਹੁਣ, ਹਾਂ ਉਹ ਸਾਰ ਕਣਕ ਨਹੀਂ ਸੀ ਬੀਜੀ, ਹਾਂ ਪਾਣੀ ਆਇਆ ਰੁੜ ਗਈ, ਅੱਛਾ ਸਾਡੀ ਕਣਕ ਵੀ ਰੁੜ ਗਈ, ਹੋਰ ਫਸਲਾਂ ਰੁੜੀਆਂ ਤੇ ਉਹ ਜਿਹੜੀ ਮਿੱਟੀ ਸਿੱਟੀ ਸੀ ਉਹ ਰੁੜ ਗਈ। ਹੁਣ ਮੈਂ ਤੁਹਾਨੂੰ ਕਿਹੜੇ 2021 2021 ਦੇ ਵਿੱਚ ਤਾਂ ਮੈਂ ਵੀ ਮੈਨੂੰ ਤਾਂ ਹੜ ਨਹੀਂ ਆਇਆ, 2021 ਤਾਂ ਨਹੀਂ ਹੜ ਆਇਆ ਸ਼ਾਇਦ, ਯਾਰ ਉਹ ਹੁਣ ਕਣਕ ਪੱਧਰੀਆਂ ਹੋ ਗਈਆਂ। ਨਹੀਂ ਨਹੀਂ 2021 ਚ ਤਾਂ ਨਹੀਂ ਹੜ ਆਇਆ, ਇਹ ਦਿਸਦਾ ਨਹੀਂ ਇਹਨਾਂ ਨੂੰ, ਜਦੋਂ ਕਿਸੇ ਵਿਰੋਧ ਕਰਨਾ ਉਹਨੂੰ ਦਿਸਦਾ ਨਹੀਂ ਹੁੰਦਾ। ਨਹੀਂ ਜੇ ਤੁਹਾਡਾ ਵਿਰੋਧ ਸਰਪੰਚ ਸਾਹਿਬ, ਜੇ ਤੁਹਾਡਾ ਵਿਰੋਧ ਕਰਨਾ ਹੁੰਦਾ ਤੁਹਾਨੂੰ 2 ਵਾਰੀ ਸਰਪੰਚ ਨਾਲ ਨਾ ਬਣਾਉਂਦੇ? 2 ਵਾਰ ਨਹੀਂ ਬਣਿਆ, ਮੈਂ ਧੱਕੇ ਨਾਲ ਬਣਿਆ 2 ਵਾਰੀ। ਅੱਛਾ ਧੱਕਾ ਕਾਹਦਾ ਸੀ ਇਹ, ਧੱਕਾ ਕਾਹਦਾ ਸੀ, ਧੱਕਾ ਕਾਹਦਾ ਸੀ ਅਕਬਰ ਬਾਈ, ਧੱਕਾ ਕਾਹਦਾ ਸੀ? ਇਹਨਾਂ ਨੇ ਪੈਸੇ ਲਏ ਸਾਰੇ, ਅੱਛਾ ਪੈਸੇ ਲਏ ਸੀ ਪੈਸੇ।